दरिंदगी दे नंगे नाच ने किते रिश्ते तार तार। राम तीर्थ दी एक औरत ने अपनी 7 साल दी बच्ची नू जिंदा जला के सुटिया पिंड तो बाहर। सानू गुरप्रीत सिंह बदई ने साढ़े इतलाह दी सी कि मेरी लड़की 7 साल की अर्शदीप कौर ना आ उन्हू मेरी वाइफ ने ही मार के ते उपर कोठे के उपर ही साड़ के ते उन्हू रात रात में ही उन्हू सुट आई आ छप्पड़ के कंडे ते अहीं डेड बॉडी बरामद कर लीए जिसते ख्याला खुरद पिंड की। फिर उस वेले असीं तुरंत हरकत च आउंदे आ मुकदमा जेरे धारा 302-201 लाश खुरद बुरद करन दे लई अहीं तारा लगा के ते परचा दर्ज कर लिया ते जिहड़ी साडी दोषण है हरप्रीत कौर उन्हूं गिरफ्तार कर लिया। इहदे पति दा नाम की है जी? गुरप्रीत सिंह। ते इह जिहड़ी औरत दी उम्र किन्नी क्या? औरत दी उम्र 28 साल आ। इह किन्ने बच्चे इहनां दे? चार बच्चे ने ते 3 लड़कियां 1 लड़का आ ते जिहड़ी लड़की नूं इहने मारिया है कतल कीता आ ओह सब तों छोटी लड़की है 7 साल दी। इहदा कोई कारण पता लगा होएगा क्यों कीता इहने? कारण अजे अहीं तफ्तीश साडी चल रही आ कारण दा अहीं जल्दी पता करांगे। ਇਹਦਾ ਪਿਛੋਕੜ ਕਿਹੋ ਜਿਹਾ ਕੋਈ ਪਤਾ ਲੱਗਾ ਕਿਹੋ ਜਿਹਾ ਅਪਰਾਧੀ ਹੁੰਦਾ ਵਾ ਜਾਂ ਮਾਨਸਿਕ ਤੌਰ ਤੇ ਕੋਈ ਪਰੇਸ਼ਾਨ ਹੁੰਦਾ? ਘਰਦਿਆਂ ਦੇ ਕਹਿਣ ਅਕੋਰਡਿੰਗ ਥੋੜ੍ਹੀ ਜਿਹੀ ਮਾਨਸਿਕ ਪਰੇਸ਼ਾਨ ਆ ਬਟ ਜੋ ਸਾਡੀ ਤਫਤੀਸ਼ ਕਹਿੰਦੀ ਆ ਜਿਸ ਤਰ੍ਹਾਂ ਇਹਨੇ ਐਵੀਡੈਂਸ ਲੁਕਾਏ ਨੇ ਸਾਰਾ ਰਾਤ ਰਾਤ ਉਸ ਤਰੀਕੇ ਦੇ ਨਾਲ ਇਹ ਕੋਈ ਵੀ ਮਾਨਸਿਕ ਪਰੇਸ਼ਾਨ ਨਹੀਂ ਲੱਗ ਰਹੀ। ਅੱਛਾ ਅਤੇ ਇਹ ਕੀ ਔਰਤ ਪੜ੍ਹੀ ਲਿਖੀ ਵੀ ਆ ਕੁਝ? ਨਹੀਂ ਪੜ੍ਹੀ ਲਿਖੀ ਨਹੀਂ ਆ। ਅੱਛਾ ਇਹਦੇ ਪਤੀ ਜਿਹੜੇ ਉਹ ਕੀ ਕੰਮ ਕਰਦੇ ਨੇ? ਉਹ ਗੁਰਦੁਆਰਾ ਜਾਗੋ ਸ਼ਹੀਦ ਵਿਖੇ ਹੈੱਡ ਗ੍ਰੰਥੀ ਨੇ ਗ੍ਰੰਥੀ ਸਿੰਘ ਨੇ ਪਾਠ ਕਰਦੇ ਨੇ। ਉਹ ਰਾਤ ਜਿਹੜੀ ਡਿਊਟੀ 'ਤੇ ਸੀਗੇ ਅਤੇ ਰਾਤ ਪਿੱਛੋਂ ਇਹ ਆਪਣੀ 3 ਬੱਚਿਆਂ ਦੇ ਨਾਲ ਘਰ ਵਿੱਚ ਇਕੱਲੀ ਸੀ। ਅਤੇ ਕਤਲ ਕਿਵੇਂ ਕੀਤਾ ਗਿਆ ਜੀ ਇਹਦਾ? ਕਤਲ ਇਹਦਾ ਜੋ ਸਾਡੀ ਤਫਤੀਸ਼ ਕਹਿੰਦੀ ਹੈ ਇਹਨੂੰ ਪਹਿਲਾਂ ਗਲੇ 'ਤੇ ਸਾਨੂੰ ਥੋੜ੍ਹਾ ਜਿਹਾ ਨਿਸ਼ਾਨ ਲੱਗਿਆ ਆ ਕੋਈ ਇਹਨੇ ਦਾਤਰ ਵਗੈਰਾ ਦੇ ਨਾਲ ਕੁਝ ਪਹਿਲਾਂ ਗਲਾ ਵੱਢ ਕੇ ਥੋੜ੍ਹਾ ਜਿਹਾ ਅਤੇ ਫਿਰ ਉਹਨੂੰ ਕੋਠੇ ਦੇ ਉੱਪਰ ਖੜ ਕੇ ਅਤੇ ਉਹਨੂੰ ਸਾੜ ਦਿੱਤਾ ਆ ਉਹਦਾ ਸਿਰਫ ਫੇਸ ਦੇਖ ਰਿਹਾ। ਹੁਣ ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਤੁਹਾਡੇ ਵੱਲੋਂ? ਸਾਡੇ ਵੱਲੋਂ 302 ਦੇ ਤਹਿਤ ਮੁਕੱਦਮਾ ਦਰਜ ਕਰਕੇ ਹੁਣ ਕਾਰਵਾਈ ਕਰ ਰਹੇ ਹਾਂ ਅਸੀਂ ਅਤੇ ਲੜਕੀ ਦਾ ਪੋਸਟਮਾਰਟਮ ਜਿਹੜਾ ਉਹ ਅੱਜ ਕਰਵਾਉਣਾ ਹੈ।